ਸਮਾਰੋਹ ਇਹਦੇ 'ਚ ਪਾਰਟੀਸ਼ਨ ਵੀ ਹੋਈਆਂ ਨੇ, ਇਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਵਾਈ ਕਰ ਸਕਦੇ ਹਾਂ। ਮੈਂ ਆਪਣੀ ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਖੜ੍ਹੇ ਹਾਂ ਪਟਿਆਲਾ ਫੇਜ਼ 2 ਤੋਂ ਥੋੜ੍ਹਾ ਜਿਹਾ ਅੱਗੇ ਜਿੱਥੇ ਆਪਾਂ ਪੀ ਵੀ ਆਰ ਕੋਲ ਆ ਜਾਂਦੇ ਹਾਂ। ਉੱਥੇ ਸਾਨੂੰ ਬਹੁਤ ਸਾਰੀਆਂ ਜਿਵੇਂ ਬਾਜ਼ਾਰ ਦੇ ਵਿੱਚ ਪਹਿਲਾਂ ਸਾਨੂੰ ਦੂਰ ਜਾਣਾ ਪੈਂਦਾ ਵੀ ਅਸੀਂ ਆਹ ਚੀਜ਼ ਲੈਣੀ ਆ, ਪਰ ਐਵੇਂ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸਟੋਰ ਹੁਣ ਹਰ ਜਗ੍ਹਾ 'ਤੇ ਤਕਰੀਬਨ ਸਾਡੇ ਕੋਲ ਸਾਡੀ ਪਹੁੰਚ ਦੇ ਨੇੜੇ ਹੁੰਦੇ ਨੇ ਵੀ ਜਿੱਥੋਂ ਅਸੀਂ ਸਾਰੀਆਂ ਚੀਜ਼ਾਂ ਖਰੀਦ ਸਕਦੇ ਹਾਂ। ਅਤੇ ਇਹੋ ਜਿਹਾ ਇੱਕ ਬਹੁਤ ਸੋਹਣਾ ਜਿਹੜਾ ਮੇਰੇ ਪਿੱਛੇ ਤੁਸੀਂ ਸਾਰਾ ਬੈਕਗਰਾਊਂਡ ਦੇਖ ਰਹੇ ਹੋ, ਅਤੇ ਬਹੁਤ ਸੋਹਣਾ ਸਟੋਰ ਆ ਜਿੱਥੋਂ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਈਜ਼ੀਲੀ ਬਾਏ ਕਰ ਸਕਦੇ ਹੋ। ਮਤਲਬ ਇੱਥੇ ਆਪਾਂ ਕਹਿ ਸਕਦੇ ਹਾਂ ਵੀ ਬੈੱਡ ਸ਼ੀਟਸ ਜੋ ਵੀ ਆਪਾਂ ਨੂੰ ਲੋੜ ਹੁੰਦੀ ਆ ਘਰ ਦੇ ਵਿੱਚ, ਹੈ ਨਾ, ਈਚ ਐਂਡ ਐਵਰੀਥਿੰਗ ਹਰੇਕ ਚੀਜ਼ ਤੁਸੀਂ ਇੱਥੋਂ ਪਰਚੇਜ਼ ਕਰ ਸਕਦੇ ਹੋ। ਜਿਵੇਂ ਕਰੋਕਰੀ ਹੋ ਗਈ, ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ। ਅਤੇ ਕਦੇ ਵੀ ਤੁਸੀਂ ਪਟਿਆਲੇ ਵਿਜ਼ਿਟ ਕਰਦੇ ਹੋ ਨੀਅਰ ਬੱਸ ਸਟੈਂਡ, ਤਾਂ ਇਸ ਜਗ੍ਹਾ 'ਤੇ ਆ ਕੇ ਕੋਈ ਵੀ ਆਪਣੀ ਲੋੜ ਦੀ ਚੀਜ਼ ਜਿਹੜੀ ਦੇਖ ਸਕਦੇ। ਮਤਲਬ ਬਹੁਤ ਸੋਹਣੀਆਂ ਚੀਜ਼ਾਂ ਨੇ ਅਤੇ ਇਹਨਾਂ ਦੇ ਰੀਜ਼ਨੇਬਲ ਪ੍ਰਾਈਸ ਨੇ, ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ, ਮਤਲਬ ਆਪਾਂ ਅਫੋਰਡ ਕਰ ਸਕਦੇ ਹਾਂ। ਅਤੇ ਮੇਰੇ ਪਿੱਛੇ ਜਿਵੇਂ ਤੁਸੀਂ ਦੇਖਦੇ ਹੋ, ਆਜੋ ਫਿਰ ਮਿਲਦੇ ਹਾਂ ਇਸ ਇੱਕ ਨਿੱਕੇ ਜਿਹੇ ਵਲੌਗ ਦੇ ਨਾਲ। ਅਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ। ਲੋਕੇਸ਼ਨ ਵੀ ਆਪਾਂ ਸ਼ੇਅਰ ਕਰ ਦਿਓ, ਕਿਉਂਕਿ ਸਭ ਤੋਂ ਪਹਿਲਾਂ ਸ਼ੁਰੂ ਹੁੰਦੀਆਂ ਨੇ ਆਪਣੀ ਇੱਥੇ, ਆਪਾਂ ਏ ਸੀ ਕੰਫਰਟਸ ਕਹਿ ਦਿੰਦੇ ਹਾਂ ਨਾ, ਬੈੱਡ ਸ਼ੀਟਸ ਇਹਨਾਂ ਕੋਲ ਬਹੁਤ ਤਰ੍ਹਾਂ ਦੀਆਂ ਅਵੇਲੇਬਲ ਨੇਗੀਆਂ। ਅਤੇ ਜਿੱਦਾਂ ਆਪਾਂ ਕਹਿ ਦਈਏ ਵੀ ਸਾਰੇ ਸਟਾਫ ਜਿਵੇਂ ਹੈਂਕਰ ਜੀ ਪਰ ਹੈਂਕੀਜ਼ ਹੋ ਗਏ, ਜੈਂਟਸ ਵੀ ਹੈਗੇ ਨੇ ਅਤੇ ਲੇਡੀਜ਼ ਵੀ ਹੈਗੇ ਨੇ ਸਾਰੀਆਂ ਚੀਜ਼ਾਂ। ਅਤੇ ਬੈੱਡ ਸ਼ੀਟਸ ਬਹੁਤ ਸੋਹਣੀਆਂ ਨੇ, ਜਿਵੇਂ ਇਹ ਦੇਖੋ ਕਿੰਨਾ ਸੋਹਣਾ ਕੰਟਰਾਸਟ ਹੈ ਨਾ, ਸਾਰੀਆਂ ਚੀਜ਼ਾਂ ਸਾਨੂੰ ਇੱਥੋਂ ਮਿਲਦੀਆਂ ਨੇ। ਅਤੇ ਇਹਨਾਂ ਕੋਲ ਮੈਟ ਵਗੈਰਾ ਜਿਵੇਂ ਆਪਾਂ ਬੈੱਡ ਸਰਵਰ ਹੋ ਗਏ, ਉਹ ਵੀ ਸਾਰੀਆਂ ਚੀਜ਼ਾਂ ਇੱਥੋਂ ਤੁਹਾਨੂੰ ਈਜ਼ੀਲੀ ਮਿਲ ਜਾਂਦੀਆਂ। ਅਤੇ ਇੱਧਰ ਹੀ ਨਾਲ ਹੈਗੇ ਨੇ ਜਿਵੇਂ ਆਪਾਂ ਕਿਚਨ ਟਾਵਲਸ ਵਗੈਰਾ ਨਾ ਯੂਜ਼ ਕਰਦੇ ਹਾਂ। ਅਤੇ ਮਤਲਬ ਬਹੁਤ ਸਾਰੀ ਵੈਰਾਈਟੀ ਸਾਨੂੰ ਦੇਖਣ ਨੂੰ ਮਿਲਦੀ ਆ, ਆਪਦੀ ਪਸੰਦ ਦੀ ਅਸੀਂ ਕੋਈ ਵੀ ਚੀਜ਼ ਇੱਥੋਂ ਖਰੀਦ ਸਕਦੇ ਹਾਂ। ਵੀ ਸਾਨੂੰ ਬਾਜ਼ਾਰ ਦੇ ਵਿੱਚ ਆਪਾਂ ਕਹਿ ਦਈਏ ਵੀ ਇਕੱਲੀ ਇਕੱਲੀ ਸ਼ੋਪ 'ਤੇ ਜਾ ਕੇ ਖਰੀਦਣ ਜ਼ਰੂਰਤ ਨਹੀਂ ਹੈਗੀ, ਅਤੇ ਆਪਾਂ ਇੱਥੋਂ ਹੀ ਬਾਏ ਕਰ ਸਕਦੇ ਹਾਂ। ਜਿਵੇਂ ਮੈਟ ਹੈਗੇ ਨੇ ਘਰ ਦੇ ਵਿੱਚ, ਹੈ ਨਾ, ਆਪਣੇ ਘਰ ਨੂੰ ਹੋਰ ਸੋਹਣਾ ਬਣਾਉਣ ਲਈ ਡੋਰ ਮੈਟਸ ਨੇ ਜਿਹੜੇ, ਅਤੇ ਬਹੁਤ ਸੋਹਣੇ ਸੋਹਣੇ ਇੱਥੋਂ ਅਵੇਲੇਬਲ ਨੇ, ਇਹ ਵੀ ਤੁਸੀਂ ਬਾਏ ਕਰ ਸਕਦੇ ਹੋ। ਅਤੇ ਮੈਨੂੰ ਲੱਗਦਾ ਵੀ ਕੋਈ ਵੀ ਕੁੜੀ ਜਾਂ ਔਰਤ ਜਦੋਂ ਵੀ ਕਿਤੇ ਬਾਜ਼ਾਰ 'ਚ ਆਪਾਂ ਜਾਂਦੇ ਹਾਂ ਅਤੇ ਸਾਡੀ ਨਿਗਾਹ ਕਰੋਕਰੀ 'ਤੇ ਜਾਂ ਘਰ ਦੇ ਬਰਤਨਾਂ ਤੱਕ ਨਾ ਜਾਵੇ, ਇਹ ਕਦੇ ਹੋ ਹੀ ਨਹੀਂ ਸਕਦਾ। ਅਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੀ ਇੰਨੇ ਸਾਰੇ ਜਿਹੜੇ ਉੱਪਰ ਤੋਂ ਲੈ ਕੇ ਇੱਥੇ ਨੀਚੇ ਤੱਕ ਬਰਤਨ 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 ਹੀ ਤੁਹਾਨੂੰ ਦਿਖ ਰਹੇ ਨੇ। ਮਤਲਬ ਇੰਨੀ ਜ਼ਿਆਦਾ ਵਰਾਇਟੀ ਹੈ ਨਾ ਵੀ ਤੁਸੀਂ ਆਪਦੀ ਚੋਇਸ ਦੀ ਕੋਈ ਵੀ ਚੀਜ਼ ਇੱਥੋਂ, ਮੈਨੂੰ ਨਹੀਂ ਲੱਗਦਾ ਵੀ ਕੋਈ ਚੀਜ਼ ਤੁਹਾਨੂੰ ਨਹੀਂ ਮਿਲੂਗੀ ਇੱਥੋਂ। ਅਤੇ ਸਾਰੀਆਂ ਚੀਜ਼ਾਂ ਸਾਨੂੰ ਇੱਥੇ ਅਵੇਲੇਬਲ ਨੇ, ਚਾਹੇ ਤੁਸੀਂ ਉਹ ਸਟੀਲ ਦੇ ਵਿੱਚ ਲੈ ਸਕਦੇ ਹੋ, ਭਾਂਡੇ ਇਹਨਾਂ ਦੇ ਬਹੁਤ ਸੋਹਣੇ ਨੇ ਬਰਤਨ, ਹੈ ਨਾ। ਅਤੇ ਹੋਰ ਚੀਜ਼ਾਂ ਨੇ ਜਿਵੇਂ ਆਪਾਂ ਪਿੱਛੇ ਦੇਖੋ ਮੇਰੇ, ਜਿਵੇਂ ਚਾਹ ਭੁੰਨੀਆਂ ਵਗੈਰਾ ਪਈਆਂ ਨੇ, ਬਾਕੀ ਮੈਂ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣੀ ਆ ਅਤੇ ਬਣੇ ਰਹੇ ਵਲੌਗ ਦੇ ਨਾਲ। ਸਾਨੂੰ ਸਟੋਰੇਜ ਲਈ ਹੈ ਨਾ, ਜਾਂ ਇਹ ਸਾਰੇ ਡਸਟਬਿਨ ਨੇ, ਦੇਖੋ ਕਦੇ ਆਪਾਂ ਕੱਪੜੇ ਵਗੈਰਾ ਰੱਖਣ ਲਈ ਜਿਵੇਂ ਵਾਸ਼ ਵਾਲੇ ਕੱਪੜੇ ਹੁੰਦੇ ਉਹ ਰੱਖਣ ਲਈ, ਹੈ ਨਾ, ਜਾਂ ਸਾਰੇ ਡਸਟਬਿਨ ਰੱਖਣ ਲਈ, ਕਿੰਨੇ ਸਾਰੇ ਡਸਟਬਿਨ ਜਿਹੜੀ ਵਰਾਇਟੀ ਇੱਥੇ ਆਪਾਂ ਨੂੰ ਅਵੇਲੇਬਲ ਹੈਗੀ ਆ, ਇਹ ਦੇਖੋ ਤਰ੍ਹਾਂ ਤਰ੍ਹਾਂ ਦੇ ਡਸਟਬਿਨ ਨੇ। ਅਤੇ ਆ ਜਾਓ ਭਾਈ, ਛਾਂਟ ਕੇ ਲੈ ਜਾਓ। ਅਤੇ ਮੱਗ ਬਕੇਟਸ, ਮਤਲਬ ਬਹੁਤ ਜਿਹੜਾ ਮਰਜ਼ੀ ਆਪਦੀ ਪਸੰਦ ਦਾ ਤੁਸੀਂ ਰੰਗ ਲਓ। ਅਤੇ ਇਹ ਵੀ ਦੇਖੋ ਕਿਊਟ ਕਿਊਟ ਜਿਹੇ ਡਸਟਬਿਨ ਨੇ, ਇਹ ਦੇਖੋ ਕਿੰਨੇ ਸੋਹਣੇ ਇਹਨਾਂ ਦੀ ਜਿਹੜੀ ਸ਼ੇਪ ਬਣੀ ਹੋਈ ਹੈ। ਅਤੇ ਇਹ ਹੈਗੇ ਨੇ ਜਿਵੇਂ ਆਪਾਂ ਵਾਸ਼ਰੂਮ 'ਚ ਯੂਜ਼ ਕਰ ਸਕਦੇ ਹਾਂ, ਹੈ ਨਾ, ਸਟੋਰੇਜ ਬਾਕਸ ਦੀ ਤਰ੍ਹਾਂ। ਅਤੇ ਇਹਦਾ ਪ੍ਰਾਈਸ ਹੈਗਾ 637, ਉਹੀ ਆਪਾਂ ਨੂੰ MRP ਦਾ 849, ਪਰ ਡਿਸਕਾਊਂਟ 'ਤੇ 637 ਰੁਪਏ ਦੀ ਪੈ ਜੂਗੀ।
ਹੋਰ ਇੱਦਾਂ ਸਾਰਾ ਇਹ ਜਿਹੜੇ ਤੁਸੀਂ ਆਪਾਂ ਦੇਖਦੇ ਹਾਂਗੇ ਘਰ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ ਕਿਚਨ ਦੇ ਵਿੱਚ, ਜਿਵੇਂ ਸਾਰੀਆਂ ਬੋਕਸ ਡੱਬੀਆਂ ਪਈਆਂ ਨੇ 176 ਰੁਪਏ ਦੀਆਂ 6 ਪੀਸਿਸ ਤੁਹਾਨੂੰ ਮਿਲ ਜਾਂਦੇ ਨੇ ਇਹ, ਅਤੇ ਬਾਕੀ ਕੰਮ ਮਤਲਬ ਕੁਆਲਿਟੀ ਵੀ ਵਾਈਜ਼ ਵੀ ਵਧੀਆ ਇਹ ਚੀਜ਼, ਅਤੇ ਕੁਆਂਟਿਟੀ ਵਾਈਜ਼ ਵੀ ਆਪਾਂ ਇਹ ਕਹਿ ਸਕਦੇ ਹਾਂ ਬਹੁਤ ਕੁਆਲਿਟੀ ਅਤੇ ਕੁਆਂਟਿਟੀ, ਹੈ ਨਾ। ਜਿਵੇਂ ਆਪਾਂ ਨੂੰ ਡਸਟਬਿਨ ਨੇ, ਅਤੇ ਜਿੱਦਾਂ ਦੇ ਆਪਾਂ ਚਾਹੇ ਆਪਣੇ ਬੈਡਰੂਮ 'ਚ ਰੱਖਣਾ ਤਾਂ ਛੋਟੇ ਸਮਾਲ ਸਾਈਜ਼ ਦੇ ਵਿੱਚ ਵੀ ਇਹ ਲੈ ਸਕਦੇ ਹਾਂ ਆਪਾਂ, ਅਤੇ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਇੱਥੇ ਮਿਲਦੀਆਂ ਨੇ। ਅਤੇ ਹੁਣ ਆ ਜਾਓ ਆਪਾਂ ਭਾਈ ਬਰਤਨਾਂ ਵੱਲ, ਜਿਵੇਂ ਇਹ ਦੇਖੋ ਕਿੰਨੇ ਸੋਹਣੇ ਸੋਹਣੇ, ਜਿਵੇਂ ਆਪਾਂ ਲੂਣਦਾਨੀ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਸਟੀਲ ਦੀ ਲੂਣਦਾਨੀ। ਆਪਾਂ ਮੋਸਟਲੀ ਪਲਾਸਟਿਕ ਯੂਜ਼ ਕਰਦੇ ਹਾਂ, ਜਿਹੜੀ ਕਿ ਆਪਾਂ ਨੂੰ ਪਤਾ ਵੀ ਆਪਣੀ ਸਿਹਤ ਲਈ ਵੀ ਖਤਰਨਾਕ ਹੁੰਦੀ ਆ, ਤਾਂ ਸਟੀਲ ਦੀ ਇਹੀ ਆਪਾਂ ਨੂੰ ਯੂਜ਼ ਕਰਨੀ ਚਾਹੀਦੀ ਆ। ਤਾਂ ਕਿੰਨੇ ਸੋਹਣੇ ਡਿਜ਼ਾਈਨ ਨੇ, ਕਿੰਨੀ ਸੋਹਣੀ ਇਹਨਾਂ ਦੀ ਜਿਹੜੀ ਹੈਗੀ ਆ ਨਾ, ਸਟੋਰੇਜ਼ ਵੀ ਅੱਛੀ ਹੈ, ਕੁਆਲਿਟੀ ਤਾਂ ਨੋ ਡਾਊਟ ਹੈਗੀ, ਉਹ ਚੰਗੀ ਆ, ਤਾਂ ਤੁਸੀਂ ਇੱਥੋਂ ਇਹ ਬਾਏ ਕਰ ਸਕਦੇ ਹੋ। ਅਤੇ ਛੋਟੇ ਛੋਟੇ ਜਿਹੜੇ ਆਪਾਂ ਲੰਚ ਬੋਕਸ ਦੀ ਤਰ੍ਹਾਂ ਟਿਫਨਸ ਵਗੈਰਾ ਹੈਗੇ ਨੇ, ਜਾਣੀ ਏ ਟੂ ਜੈਡ ਚੀਜ਼ ਤੁਹਾਨੂੰ ਇੱਕੋ ਹੀ ਸਟੋਰ ਤੋਂ ਮਿਲ ਸਕਦੀ ਹੈ ਨਾ। ਅਤੇ ਜੇ ਕਿਸੇ ਨੂੰ ਸੋਨੇ ਦੇ ਚਮਚ ਨਾਲ ਖਾਣਾ ਹੋਵੇ, ਉਹ ਸੋਨੇ ਦਾ ਚਮਚ ਵੀ ਲੈ ਸਕਦਾ। ਜਿਵੇਂ ਆਪਾਂ ਪਹਿਲਾਂ ਪਿੱਛੇ ਦੇਖਦੇ ਹਾਂ ਕਰੋਕਰੀ, ਅਤੇ ਇੱਥੇ ਤੁਹਾਨੂੰ ਬਹੁਤ ਸੋਹਣੇ ਸਟੋਰੇਜ ਬੋਕਸ ਮਿਲ ਜਾਂਦੇ ਨੇ, ਤੁਸੀਂ ਇਹਨੂੰ ਸਿੰਗਲ ਵੀ ਬਾਏ ਕਰ ਸਕਦੇ ਹੋ ਅਤੇ ਉਹਦਾ ਇਹਨੂੰ ਸੈੱਟ ਵੀ। ਜਿਵੇਂ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੈਗਾ, 371 ਰੁਪੀਸ ਦਾ ਪੈਂਦਾ, ਅਤੇ ਇਹਦੇ ਨਾਲ ਦੇ ਹੋਰ ਵੀ ਹੈਗੇ ਨੇ, ਜਿਵੇਂ ਵੂਡਨ 'ਚ ਆ, ਅਤੇ ਉਹ ਹੈਗਾ ਜਿੰਨਾ ਆਪਾਂ ਵੀਕ ਕਰਕੇ ਆਉਣਾ ਹੁੰਦਾ ਨਾ, ਉਹ ਤੁਹਾਨੂੰ ਓਨਲੀ 124 ਦਾ ਪੈਂਦਾ। ਅਤੇ ਜਿਵੇਂ ਕੁੜੀਆਂ ਨੂੰ ਇਹ ਕਿਊਟ ਕਿਊਟੀਆਂ ਚੀਜ਼ਾਂ ਜ਼ਿਆਦਾ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਨਾ ਆਪਦੀ ਡਰੈਸਿੰਗ ਦੇ ਵਿੱਚ, ਜਿਵੇਂ ਇਹ ਹੋ ਗਏ ਆਪਾਂ ਔਰਗੇਨਾਈਜ਼ਰ, ਹੈ ਨਾ, ਛੋਟੇ ਜਿਹੇ ਸਮਾਲ, ਇਹਦੇ 'ਚ ਪਾਰਟੀਸ਼ਨਸ ਹੋਈਆਂ ਵੀ ਨੇ, ਇਹ ਸਾਰੀਆਂ ਚੀਜ਼ਾਂ ਆਪਾਂ ਇੱਥੋਂ ਬਾਏ ਕਰ ਸਕਦੇ ਹਾਂ। ਜਿਵੇਂ ਆਪਣੇ ਏਅਰਿੰਗਸ ਰੱਖਣੇ ਜਾਂ ਬਟਨਸ ਵਗੈਰਾ, ਹੇਅਰ ਪਿੰਸ ਵਗੈਰਾ ਗੁੰਮ ਹੋ ਜਾਂਦੀਆਂ, ਮੋਸਟਲੀ ਮੇਰੀਆਂ ਤਾਂ ਗੁੰਮ ਹੋ ਹੀ ਜਾਂਦੀਆਂ ਨੇ, ਕਦੇ ਵੀ ਨਹੀਂ ਮਿਲਦੀਆਂ ਉਹ ਆਪਦੀ ਜਗ੍ਹਾ ਤੋਂ, ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਇੱਥੋਂ ਬਾਏ ਕਰ ਸਕਦੇ ਹਾਂ। ਬਹੁਤ ਨੇੜੇ ਆ, ਕਿਉਂਕਿ ਜਿਹੜੇ ਸਟੂਡੈਂਟ ਯੂਨੀਵਰਸਿਟੀ 'ਚ ਰਹਿੰਦੇ ਨੇਗੇ, ਉਹਨਾਂ ਨੂੰ ਪਹਿਲਾਂ ਵਿਚਾਰਿਆਂ ਨੂੰ ਬਹੁਤ ਦੂਰ ਮਾਰਕੀਟ 'ਚ ਜਾਣਾ ਪੈਂਦਾ, ਅਤੇ ਦੂਰ ਜਾਣ ਦੀ ਲੋੜ ਨਹੀਂ, ਤੁਸੀਂ ਇੱਥੋਂ ਆ ਕੇ ਇਹ ਸਾਰੀਆਂ ਚੀਜ਼ਾਂ ਜਿਹੜੇ ਔਰਗੇਨਾਈਜ਼ਰਸ ਨੇ ਉਹ ਬਾਏ ਕਰ ਸਕਦੇ ਹੋ। ਉੱਪਰ ਤੱਕ ਦਿਖਾ ਦਿਓ, ਸਮਾਲ ਸਾਈਜ਼ ਦੇ ਵਿੱਚ ਵੀ ਹੈਗੇ ਨੇ, ਛੋਟੇ ਸਾਈਜ਼ ਦੇ ਵਿੱਚ ਵੀ, ਜ਼ਰੂਰੀ ਨਹੀਂ ਆਪਾਂ ਵੱਡਾ ਸਾਈਜ਼ ਹੀ ਲੈਣਾ। ਔਰਗੇਨਾਈਜ਼ਰਸ ਤਾਂ ਆਪਾਂ ਦੇਖ ਲਏ, ਅਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਪਿਆਰੇ ਪਿਆਰੇ ਕੌਮ, ਠੀਕ ਹੈ, ਕੰਘਾ ਕਹਿ ਦਈਏ ਜਿਹਨੂੰ ਆਪਾਂ, ਅਤੇ ਇਹ ਜਿਹੜੇ ਵੀ ਤੁਹਾਨੂੰ ਹੇਅਰ ਬ੍ਰੱਸ਼ਿਸ ਵੀ ਮਿਲ ਜਾਣਗੇ, ਕੌਮ ਵੀ ਮਿਲ ਜਾਣਗੇ, ਅਤੇ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਆ
ਤੇ ਇਹ ਦੇਖੋ ਜਿਹੜਾ ਤੁਹਾਨੂੰ ਮੈਂ ਬੈਕ ਕੈਮਰਾ ਦਿਖਾਉਣੀ ਆ ਵੀ ਕਿੰਨੇ ਸੋਹਣੇ ਕਿੰਨੇ ਕਿਊਟ ਨੇ, ਹੈ ਨਾ, ਇਹ ਆਪਾਂ ਕੁੜੀਆਂ ਨੂੰ ਕਿਊਟ ਕਿਊਟ ਜਿਹੀਆਂ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਹੁੰਦੀਆਂ ਨੇ। ਅਤੇ ਇਹ ਸਾਰੇ ਹੇਅਰ ਬ੍ਰਸ਼ਿਸ ਹੈਗੇ ਨੇ ਬੱਚਿਆਂ ਲਈ ਵੀ ਨੇ, ਕਿਉਂਕਿ ਬੱਚਿਆਂ ਦਾ ਜਿਹੜਾ ਆਪਾਂ ਕਹਿ ਦਈਏ ਵੀ ਉਹਨਾਂ ਲਈ ਸੋਫਟ ਜੀ ਸਟੱਫ ਵਧੀਆ ਰਹਿੰਦਾ, ਤਾਂ ਉਹ ਸਾਰੀਆਂ ਚੀਜ਼ਾਂ ਵੀ ਇੱਥੇ ਅਵੇਲੇਬਲ ਹੈਗੀਆਂ ਨੇ। ਭਾਈ ਕੁੜੀਆਂ ਦਾ ਸਮਾਨ ਹੋਵੇ ਅਤੇ ਕੁੜੀਆਂ ਨਾ ਪਹੁੰਚਣ, ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਹਿਊਜ ਬੰਡਲ ਆਫ ਬੈਗਸ, ਹੈ ਨਾ, ਲੈ ਕੇ ਤੁਹਾਨੂੰ ਮੇਕਅਪ ਪਾਊਚ ਤੋਂ ਲੈ ਕੇ ਅਤੇ ਲੰਚ ਬੋਕਸ ਲਈ ਆਪਾਂ ਜਾਂ ਆਪਾਂ ਮੇਕਅਪ ਪਾਊਚ ਹੈਗੇ ਨੇ, ਹਰੇਕ ਤਰ੍ਹਾਂ ਦਾ ਤੁਹਾਨੂੰ ਬੈਗ ਇੱਥੇ ਮਿਲਦਾ ਜਿਵੇਂ ਬੱਚਿਆਂ ਲਈ। ਮੁਸ਼ਕਿਲ ਦਿਖਾ ਲਓ, ਇਹ ਦੇਖੋ ਮੈਨੂੰ ਬੜਾ ਕਿਊਟ ਲੱਗਿਆ, ਹੈ ਨਾ, ਮੇਰੀ ਨਿਗ੍ਹਾ ਪਹਿਲਾਂ ਹੀ ਇਹ 'ਤੇ ਗਈ। ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹਾਂ ਆਪਾਂ ਆਪਣੇ ਘਰ ਦੇ ਵਿੱਚ ਛੋਟਾ ਬੱਚਾ, ਅਤੇ ਵੈਸੇ ਕੁੜੀਆਂ ਆਪ ਹੀ ਕੈਰੀ ਕਰ ਹੀ ਲੈਂਦੀਆਂ ਨੇ, ਅਤੇ ਕਿੰਨਾ ਸੋਹਣਾ। ਇਹ ਸਾਰੀਆਂ ਚੀਜ਼ਾਂ ਤੁਸੀਂ ਇੱਥੋਂ ਲੈ ਸਕਦੇ ਹੋ ਜਿਵੇਂ ਬੱਚਿਆਂ ਲਈ, ਇਹ ਛੋਟੇ ਛੋਟੇ ਕਿਊਟ ਕਿਊਟ ਜਿਹੇ ਬੈਗ, ਅਤੇ ਜਿਵੇਂ ਇਹ ਹੈਗਾ ਨਿੱਕਾ ਜਿਹਾ ਜੂਟ ਪਾਊਚ, ਇਹਨੂੰ ਆਪਾਂ ਕਿਤੇ ਵੀ ਹੈਂਗ ਕਰ ਸਕਦੇ ਹਾਂ, ਜਿਵੇਂ ਆਪਣੇ ਕੋਈ ਛੋਟੀ ਛੋਟੀ ਚੀਜ਼ਾਂ ਜਿਵੇਂ ਪਿੰਸ ਹੋ ਗਏ, ਹੈ ਨਾ, ਨੇਲ ਪਿੰਸ, ਨੇਲ ਕੁਛ ਵੀ ਹੋ ਗਏ, ਨੇਲ ਪੋਲਿਸ਼ਿਸ ਹੋ ਗਏ, ਜਾਂ ਕੋਈ ਬ੍ਰਸ਼ਿਸ ਹੋ ਗਏ, ਕੁਛ ਵੀ ਆਪਾਂ ਇਹਦੇ ਵਿੱਚ ਰੱਖ ਕੇ ਆਪਾਂ ਇਹਨੂੰ ਕਿਤੇ ਵੀ ਹੈਂਗ ਕਰ ਸਕਦੇ ਹਾਂ ਤਾਂ ਕਿ ਆਪਣੀਆਂ ਚੀਜ਼ਾਂ ਨਾ ਗੁੰਮਣ। ਬਾਕੀ ਤਰ੍ਹਾਂ ਅਲੱਗ ਅਲੱਗ ਸਟੱਫ ਵੀ ਹੈਗਾ ਇਹਨਾਂ ਦਾ, ਜਿਵੇਂ ਵਾਸ਼, ਕਈ ਚੀਜ਼ਾਂ ਵਿੱਚ ਕਈ ਪੈ ਗਏ ਹੁੰਦੇ ਨੇ ਜਿਹੜੇ ਵਾਸ਼ੇਬਲ ਨੇ, ਉਹਨਾਂ ਨੂੰ ਵਾਸ਼ ਕਰਕੇ ਆਪਾਂ ਯੂਜ਼ ਕਰ ਸਕਦੇ ਹਾਂ। ਅਤੇ ਜਿਵੇਂ ਇਹ ਮੈਨੂੰ ਬਹੁਤ ਸੋਹਣਾ ਲੱਗਿਆ, ਮੇਕਅਪ ਪਾਊਚ ਦੀ ਤਰ੍ਹਾਂ ਯੂਜ਼ ਕਰ ਲਓ ਅਤੇ ਕੋਈ ਵੀ ਤਾਂ ਆਪਣੇ ਦਿਨ ਵੀ ਆਪਾਂ ਕਿੱਦਾਂ ਯੂਜ਼ ਕਰਦੇ ਹਾਂ। ਅਤੇ ਕਾਫੀ ਸਪੇਸ਼ੀਅਸ ਹੈ, ਸਟੋਰੇਜ ਇਹਦੀ ਅੱਛੀ ਹੈ, ਕੁਆਲਿਟੀ ਵਾਈਜ਼ ਵੀ ਵਧੀਆ। ਜਿਵੇਂ ਆਪਾਂ ਜ਼ਿਆਦਾ ਔਨਲਾਈਨ ਸ਼ੋਪਿੰਗ ਕਰਦੇ ਹਾਂ ਉੱਥੇ ਆਪਾਂ ਨੂੰ ਡਾਊਟ ਰਹਿੰਦਾ ਵੀ ਪਤਾ ਨਹੀਂ ਕੁਆਲਿਟੀ ਕਿਵੇਂ ਦੀ ਹੋਊਗੀ, ਅਤੇ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਨਾ ਵੀ ਕੁਆਲਿਟੀ ਇਹਦੀ ਅੱਛੀ ਹੈ ਚੀਜ਼ਾਂ ਦੀ। ਅਤੇ ਜਿਹੜੀ ਚੀਜ਼ ਦੀ ਕੁਆਲਿਟੀ ਚੰਗੀ ਹੋਵੇ ਫਿਰ ਉੱਥੇ ਪੈਸੇ ਲਾਉਣ ਦਾ ਵੀ ਆਪਾਂ ਨੂੰ ਕੋਈ ਡਰ ਨਹੀਂ ਰਹਿੰਦਾ। ਇਹ ਵੀ ਸੋਹਣਾ ਨਿਸ਼ੂ, ਟ੍ਰਾਂਸਪੇਰੈਂਟ ਹੈ, ਇਹ ਨਿਸ਼ੂ ਨੂੰ ਪਸੰਦ ਆਇਆ ਅਤੇ ਨਿਸ਼ੂ ਕਹਿੰਦੀ ਵੀ ਇਹਨੂੰ ਡਿਸਪਲੇ ਜ਼ਰੂਰ ਕਰੋ ਬਈ, ਤੁਸੀਂ ਆਪਣੇ ਬਲੌਗ ਦੇ ਵਿੱਚ ਦਿਖਾਓ। ਬਾਕੀ ਬਹੁਤ ਪਿਆਰਾ ਹੈ, ਸੋਹਣਾ ਅਤੇ ਬਹੁਤ ਲਾਈਟ ਵੇਟ ਵੀ ਹੈ, ਮਤਲਬ ਆਪਾਂ ਕਿਤੇ ਵੀ ਨੇੜੇ ਜਾਣਾ ਕੋਈ ਥੋੜ੍ਹਾ ਜਿਹਾ ਸਮਾਨ ਪਾ ਕੇ ਇਹਦੇ ਵਿੱਚ ਆਪਣਾ ਲੈ ਸਕਦੇ। ਜਿਵੇਂ ਇਹਦੇ 'ਚ ਦੋ ਤਿੰਨ ਕਲਰ ਅਵੇਲੇਬਲ ਹੈਗੇ ਨੇ, ਹੋਰ ਵੀ ਹੋਣਗੇ ਮੇਬੀ। ਅਤੇ ਇਹਦੀ ਕੋਸਟ ਹੈਗੀ ਹੈ, ਤੁਹਾਨੂੰ ਪੈ ਜਾਏਗਾ ਇਹ 524 ਦੇ ਵਿੱਚ, ਐੱਮ ਆਰ ਪੀ ਇਹਦਾ ਹੈਗਾ 700, ਅਤੇ ਇਹ ਤੁਹਾਨੂੰ ਡਿਸਕਾਊਂਟ, ਇਹਨਾਂ ਦਾ 25% ਡਿਸਕਾਊਂਟ 'ਤੇ ਨੇ, ਅਤੇ ਆਓ ਆਪਣੇ ਝੋਲੇ ਭਰ ਕੇ ਲੈ। ਅਤੇ ਇੱਧਰ ਆਈਆਂ ਆਪਣੇ ਪਿੱਛੇ ਕੁੜੀਆਂ ਦੀਆਂ ਮੋਸਟ ਫੇਵਰੇਟ ਚੀਜ਼ਾਂ, ਲਿਪ ਗਲੋਸ, ਕੱਜਲ, ਅਤੇ ਇੱਥੋਂ ਤੁਸੀਂ ਮਤਲਬ ਈਚ ਐਂਡ ਐਵਰੀਥਿੰਗ, ਜਿਵੇਂ ਮੈਂ ਪਹਿਲਾਂ ਕਿਹਾ ਨਾ ਵੀ ਹਰ ਸਾਰੀਆਂ ਚੀਜ਼ਾਂ ਅਸੀਂ ਬਾਏ ਕਰ ਸਕਦੇ ਹਾਂ। ਲਾਈਟ ਚਲੀ ਅਤੇ ਕੋਈ ਨਹੀਂ, ਰੁਕ ਕੇ ਦਿਖਾਉਣੇ ਤੁਹਾਨੂੰ। ਅਤੇ ਲਓ ਜੀ, ਲਾਈਟ ਆ ਚੁੱਕੀ ਆ ਵਾਪਸ, ਸਗਨੀਸ਼ੂ ਦੇਖ ਰਹੀ ਆ ਸ਼ੇਡਸ ਅਲੱਗ ਅਲੱਗ ਲਿਪਸਟਿਕ ਦੇ। ਦੇਖੋ ਫਿਰ ਅੱਜ ਇਹਨੂੰ ਕੌਫੀ ਤੋਂ ਬਿਨਾਂ ਕਿਹੜਾ ਪਸੰਦ ਆਉਂਦਾ, ਬਿਕੋਜ਼ ਇਹ ਹਰ ਟਾਈਮ ਕੌਫੀ ਕਲਰ ਹੀ ਖਰੀਦ ਲੈਂਦੀ ਆ। ਦੇਖੋ ਕਲਰਸ, ਹਾਂ ਇਹ ਦੇਖ ਸਕਦੇ, ਸੋਹਣੇ ਸੋਹਣੇ ਸਾਰੇ ਕਲਰ ਨੇ। ਕੀ ਪ੍ਰਾਈਸ ਹੈ ਜੀ ਇਹ ਆਪਣੀ, ਦਿਖਾਇਓ, ਸਵਿਸ ਬਿਊਟੀ ਦੀ ਲਿਪਸਟਿਕ। ਹਾਂਜੀ, 299 ਰੁਪਏ ਦਾ ਐੱਮ ਆਰ ਪੀ ਹੈਗੀ ਆ, ਅਤੇ 172 ਓਨਲੀ 172 ਰੁਪਏ ਦੇ ਵਿੱਚ ਤੁਸੀਂ ਲੈ ਸਕਦੇ ਹੋ ਲਿਪਸਟਿਕ। ਅਤੇ ਕੱਜਲ ਮੈਨੂੰ ਬਹੁਤ ਅੱਛਾ ਲੱਗਿਆ ਇਹਨਾਂ ਦਾ, ਮਤਲਬ ਬਹੁਤ ਵਧੀਆ ਸਟੇ ਹੈ ਜੀ। ਉਸ ਦਿਨ ਮੈਂ ਦੇਖ ਕੇ ਗਈ ਸੀ ਅਤੇ ਅੱਜ ਮੈਂ ਬਿਲਕੁਲ ਇਹ ਲੈ ਕੇ ਜਾਊਂਗੀ, ਸਵਿਸ ਬਿਊਟੀ ਦਾ ਜਿਹੜਾ ਕੱਜਲ ਹੈ। ਅਤੇ ਇਹ ਸ਼ੌਂਕ ਹੁੰਦਾ ਕੁੜੀਆਂ ਨੂੰ, ਨਿੱਕੇ ਨਿੱਕੇ ਜਿਹੇ ਚਾਅ ਹੁੰਦੇ ਵਿਚਾਰੀਆਂ ਦੇ, ਸੁਰਮਾ ਪਾ ਲੈਣਾ, ਹੈ ਨਾ, ਲਿਪਸਟਿਕ ਲਾ ਲੈਣੀ, ਅਤੇ ਚੰਗਾ ਲੱਗਦਾ। ਮਤਲਬ ਇਹਦੇ 'ਚ ਇਹ ਨਹੀਂ ਹੁੰਦਾ ਵੀ ਤੁਸੀਂ ਨਕਲੀ ਦਿਖਾਵਾ ਜਾਂ ਨਕਲੀ ਬਿਊਟੀ ਨਹੀਂ ਕਹਿੰਦੇ, ਆਪਾਂ ਇਹਨੂੰ ਫੇਕ ਬਿਊਟੀ ਨਹੀਂ ਕਹਿੰਦੇ। ਇਹ ਜਿਹੜੀਆਂ ਚੀਜ਼ਾਂ ਕੁੜੀਆਂ ਲਈ ਬਣੀਆਂ ਉਹਨੂੰ ਕੁੜੀਆਂ ਨੇ ਯੂਜ਼ ਕਰਨੀਆਂ ਨੇ। ਅਤੇ ਇੱਥੇ ਆ ਕੇ ਤੁਸੀਂ ਦੇਖੋ ਵੀ ਕਿੰਨੀਆਂ ਸਾਰੀਆਂ ਨੰਬਰ ਆਫ ਵੈਰਾਈਟੀਜ਼, ਹੈ ਨਾ, ਲਿਪਸਟਿਕਸ, ਕੋਈ ਵੀ ਚੀਜ਼ ਤੁਸੀਂ ਇੱਥੋਂ ਲੈ ਸਕਦੇ ਹੋ। ਨਾਈਟ ਸੂਟਸ ਤੁਹਾਨੂੰ ਮਿਲ ਸਕਦੇ ਨੇ, ਅਤੇ ਹੋਰ ਵੀ ਆਪਾਂ ਚੀਜ਼ਾਂ ਤੁਹਾਨੂੰ ਦਿਖਾਉਣੇ ਆ। ਵੀ ਇਕੱਲੀਆਂ ਕੁੜੀਆਂ ਲਈ ਵੀ ਸਾਰਾ ਕੁਛ ਆ,
ਤੇ ਬੋਇਜ਼ ਲਈ ਵੀ ਜੈਂਟਸ ਲਈ ਵੀ ਹੈ ਅਵੇਲੇਬਲ, ਜਿਵੇਂ ਟਾਈਜ਼ ਹੈਗੀ ਆਪਣੇ ਕੋਲ ਨਾ, ਤੇ ਇੱਥੋਂ ਵੀ ਤੁਸੀਂ ਸੋਹਣੇ ਟਾਈਜ਼ ਆਪਣੇ ਜਿਹੜੇ ਤੁਹਾਡਾ ਸੂਟ ਹੈ ਆਪਣੀ ਸ਼ਰਟ ਦੇ ਨਾਲ ਮੈਚ ਕਰਕੇ ਲੈ ਸਕਦੇ ਹੋ, ਅਤੇ ਇਹਨਾਂ ਕੋਲ ਬਹੁਤ ਤਰ੍ਹਾਂ ਦੀ ਜਿਹੜੇ ਡਿਜ਼ਾਈਨ ਅਤੇ ਕਲਰ ਅਵੇਲੇਬਲ ਨੇ। ਠੀਕ ਹੈ, ਅਤੇ ਇਸ ਤੋਂ ਬਾਅਦ ਆ ਜਾਂਦੇ ਨੇ ਆਪਣੇ ਨੇਲਸ। ਮਤਲਬ ਆਪਾਂ ਬਹੁਤ ਖਰਚਾ ਕਰਦੇ ਹਾਂ ਐਕਸਟੈਂਸ਼ਨ 'ਤੇ, ਜਿਵੇਂ ਮੈਂ ਕਰਵਾਇਆ ਸੀ, ਅਤੇ ਆਪਾਂ ਨੂੰ ਕੋਸਟਲੀ ਵੀ ਪੈ ਜਾਂਦਾ ਅਤੇ ਉਹਦੇ ਨਾਲ ਆਪਣੇ ਨੇਲਸ ਨੂੰ ਵੀ ਨੁਕਸਾਨ ਹੁੰਦਾ। ਇਹ ਆਪਾਂ ਜਿਵੇਂ ਟੈਂਪਰੇਰੀ ਥੋੜ੍ਹੇ ਟਾਈਮ ਯੂਜ਼ ਕਰਨਾ ਚਾਹੁੰਦੇ ਹਾਂ ਤਾਂ ਇਹ ਕਰ ਸਕਦੀਆਂ ਕੁੜੀਆਂ, ਅਤੇ ਇੱਥੋਂ ਇਹ ਚੀਜ਼ ਇਹ ਵੀ ਤੁਹਾਨੂੰ ਨੇਲਸ ਜਿਹੜੇ ਬਣੇ ਬਣਾਏ, ਸਿਰਫ ਇਹਨਾਂ ਨੂੰ ਤੁਸੀਂ ਗਲੂ ਦੇ ਨਾਲ ਪੇਸਟ ਕਰਨਾ ਅਤੇ ਦੈਟਸ ਇਟ, ਇਹ ਵੀ ਤੁਹਾਨੂੰ ਮਿਲ ਜਾਂਦੇ ਨੇ ਇੱਥੋਂ। ਅਤੇ ਬਾਕੀ ਨਾਈਟ ਸੂਟ ਲਾਸਟ ਬਟ ਨੋਟ ਲੀਸਟ, ਅਤੇ ਇੱਥੋਂ ਤੁਹਾਨੂੰ ਬਹੁਤ ਸਾਰੀ ਹੇਅਰ ਅਸੈਸਰੀ ਜਿਵੇਂ ਇਹ ਸਕਰੰਚੀਜ਼ ਹੈਗੀਆਂ ਨੇ, ਅਤੇ ਆਪਦੇ ਲਈ ਵੀ ਯੂਜ਼ ਕਰ ਸਕਦੇ ਹੋ ਤੁਸੀਂ, ਹੇਅਰ ਪਿੰਸ ਵੀ ਹੈਗੇ ਆ ਨਾ ਸੋਹਣੇ ਸੋਹਣੇ ਕਿਊਟ ਕਿਊਟ, ਇਹ ਵੀ ਲੈ ਸਕਦੇ ਹੋ। ਅਤੇ ਉਸ ਤੋਂ ਬਿਨਾਂ ਹੇਅਰ ਪਿੰਸ ਹੈਗੀਆਂ, ਜਿਵੇਂ ਮੈਂ ਇਹਦੇ ਨਾਲ ਦਾ ਪੇਅਰ ਲੈ ਕੇ ਗਈ, ਠੀਕ ਹੈ, ਇਹ ਬਹੁਤ ਮਤਲਬ ਵਧੀਆ, ਜਿਵੇਂ ਆਪਾਂ ਕਹਿੰਦੇ ਨਾ ਕਈ ਵਾਰ ਬਾਲਾਂ ਦੇ ਵਿੱਚ ਆਪਣੇ ਜੇ ਕਿਸੇ ਦੇ ਹੈਵੀ ਨਹੀਂ ਹੇਅਰ ਕਸ ਨਹੀਂ ਪੈਂਦਾ, ਪਰ ਇਹ ਮੈਂ ਖੁਦ ਲੈ ਕੇ ਗਈ ਇਹਦੇ ਨਾਲ ਦਾ ਪੇਅਰ, ਇਹ ਬਹੁਤ ਵਧੀਆ ਕੁਆਲਿਟੀ ਇਹਦੀ, ਅਤੇ ਇਹ ਵੀ ਦੇਖੋ, ਠੀਕ ਹੈ, ਸੋ ਬਿਊਟੀਫੁਲ, ਸੋ ਐਲੀਗੈਂਟ, ਜਸਟ ਲੁਕਿੰਗ ਲਾਈਕ ਅ ਬਾਓ। ਅਤੇ ਇਹ ਉੱਪਰ ਤੱਕ ਇੱਧਰ ਆ ਗਏ ਆਪਣੇ ਏਅਰਿੰਗਸ ਵਗੈਰਾ ਆ ਗਏ, ਇਹ ਵੀ ਤੁਸੀਂ ਇੱਥੋਂ ਲੈ ਸਕਦੇ। ਦੇਖੋ ਕਿਊਟ ਕਿਊਟ ਹੈ ਨਾ, ਜਿਵੇਂ ਆਪਾਂ ਚਾਹ 'ਚ ਅਦਰਕ ਪਾਉਣਾ, ਨਿੱਕੀ ਨਿੱਕੀ ਜਿਹੀ ਨੂੰ ਆਪਾਂ ਗ੍ਰੇਟ ਕਰ ਸਕਦੇ ਹਾਂ ਅਦਰਕ ਨੂੰ। ਠੀਕ ਹੈ ਜੀ, ਅਤੇ ਇਹ ਹੈਗੇ ਨੇ ਆਪਣੇ ਕੋਲ ਪੋਕਿਟ ਮਿਰਰ ਹੋ ਗਏ, ਜਿਵੇਂ ਆਪਾਂ ਇਹਨਾਂ ਨੂੰ ਕੈਰੀ ਕਰ ਸਕਦੇ ਹਾਂ ਆਪਣੀ ਪਰਸ ਵਗੈਰਾ ਦੇ ਵਿੱਚ, ਠੀਕ ਹੈ। ਅਤੇ ਇਹ ਸਾਰਾ ਸਟੱਫ ਹੈ, ਇਹ ਹੈਗਾ ਆਪਣਾ ਸਟੋਰ, ਅਤੇ ਆਓ ਜੀ ਹੋਮ ਸਟੂਡੀਓ ਇਹ ਨਾਮ ਹੈ, ਇੱਥੇ ਇਹ ਉੱਤਰ ਕੇ ਸਟੇਅਰਸ ਨਾ ਇੱਥੋਂ ਆ ਕੇ ਪਹੁੰਚੋ ਇੱਥੇ, ਅਤੇ ਜਿੰਨੀਆਂ ਵੀ ਆਪਣੀਆਂ ਚੀਜ਼ਾਂ ਤੁਸੀਂ ਲੈਣੀਆਂ ਚਾਹੁੰਦੇ ਹੋ ਲਓ। ਸਭ ਤੋਂ ਵਧੀਆ ਗੱਲ ਲੱਗੀ ਇਹ ਹੁੰਦਾ ਵੀ ਜਦੋਂ ਆਪਾਂ ਕਿਤੇ ਵੀ ਜਾਂਦੇ ਹਾਂ ਨਾ, ਆਪਾਂ ਨੂੰ ਉੱਥੋਂ ਦੀ ਡੀਲਿੰਗ ਜੇ ਬੰਦੇ ਦੀ ਚੰਗੀ ਹੋਵੇ ਸਾਹਮਣੇ ਵਾਲਿਆਂ ਦੀ, ਤਾਂ ਆਪਾਂ ਈਜ਼ਲੀ ਕੋਈ ਵੀ ਚੀਜ਼ ਬਾਏ ਕਰ ਸਕਦੇ ਹਾਂ, ਹੈ ਨਾ ਨਿਸ਼ੂ। ਤਾਂ ਇਹਨਾਂ ਦੀ ਡੀਲਿੰਗ ਮੈਨੂੰ ਬਹੁਤ ਚੰਗੀ ਲੱਗੀ, ਮਤਲਬ ਇਹ ਆਪਣੇ ਕਸਟਮਰ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੇ। ਜਿਵੇਂ ਆਪਾਂ ਫਰੋਲ ਫਰੋਲ ਕੇ ਚੀਜ਼ਾਂ ਦੇਖਣ ਦੀ ਕੁੜੀਆਂ ਨੂੰ ਵੈਸੇ ਆਦਤ ਹੁੰਦੀ ਹੈ, ਅਤੇ ਆਪਾਂ ਜਿੰਨਾ ਮਰਜ਼ੀ ਤੁਸੀਂ ਇਹਨਾਂ ਤੋਂ ਹੈ ਨਾ ਇੱਥੇ ਆ ਕੇ ਜੋ ਕੁਛ ਚਾਹੁੰਦੇ ਐਕਸਪਲੋਰ ਕਰ ਸਕਦੇ ਹੋ, ਅਤੇ ਇਹਨਾਂ ਦੀ ਡੀਲਿੰਗ ਬਹੁਤ ਅੱਛੀ ਲੱਗੀ, ਇਹਦੇ ਲਈ ਇਹਨਾਂ ਦਾ ਧੰਨਵਾਦ। ਅਤੇ ਮਤਲਬ ਬੇਚਾਰੇ ਬੋ ਅੱਕਦੇ ਨਹੀਂ ਹੈਗੇ, ਅਤੇ ਜੋ ਚੀਜ਼ ਦੀ ਤੁਹਾਨੂੰ ਨੀਡ ਹੈ ਉਹ ਤੁਹਾਨੂੰ ਦਿਖਾਉਣਗੇ, ਚਾਹੇ ਤੁਸੀਂ 10 ਮਿੰਟ ਲਾਓ, ਅੱਧਾ ਘੰਟਾ ਲਾਓ, ਅਤੇ ਇਹ ਸਭ ਤੋਂ ਚੰਗੀ ਗੱਲ ਹੈ ਇਹਨਾਂ ਦੀ। ਅਤੇ ਜਦੋਂ ਵੀ ਆਉਂਗੇ ਇੱਥੇ ਆਪਣਾ ਫੀਡਬੈਕ ਦੇ ਕੇ ਜਾਇਓ ਭਾਈ, ਅਤੇ ਨਾਲੇ ਖਰੀਦ ਕੇ ਜਾਇਓ, ਅਤੇ ਵਲੌਗ ਦੇ ਨਾਲ ਅੱਗੇ ਬਣੇ ਰਹੋ, ਲੈ ਕੇ ਆਵਾਂਗੇ ਤੁਹਾਡੇ ਲਈ ਇੱਦਾਂ ਦੀਆਂ ਨਵੀਆਂ ਨਵੀਆਂ ਵੀਡੀਓਜ਼। ਥੈਂਕ ਯੂ ਸੋ ਮੱਚ, ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀਆਂ ਨੇ ਤੁਹਾਨੂੰ, ਤਾਂ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ। ਅਤੇ ਇਹ ਸੀ ਅੱਜ ਦਾ ਇੱਕ ਛੋਟਾ ਜਿਹਾ ਵਲੌਗ ਹੋਮ ਸਟੂਡੀਓ ਦੇ ਨਾਲ ਪਟਿਆਲਾ।